ਅਕਾਲ ਜੀ, ਮੇਰਾ ਨਾਮ ਇੰਦਰ, ਗੋਲਡੀ ਇੰਦਰ ਦੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਐਂਡ ਥੈਂਕ ਯੂ ਸੋ ਮੱਚ ਕਿ ਤੁਸੀਂ ਮੈਨੂੰ ਇੰਨਾ ਸਪੋਰਟ ਕਰ ਰਹੇ ਹੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ। ਐਂਡ ਥੈਂਕ ਯੂ ਉਹਨਾਂ ਦੇ ਜਿਨ੍ਹਾਂ ਨੇ ਆਲਰੇਡੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ। ਜਿਨ੍ਹਾਂ ਨੇ ਨਹੀਂ ਕੀਤਾ, ਪਲੀਜ਼ ਇਸ ਵੀਡੀਓ ਤੇ ਨਵੇਂ ਨੇ ਤੇ ਇਸ ਵੀਡੀਓ ਨੂੰ ਦੇਖ ਰਹੇ ਨੇ, ਉਹ ਵੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਐਂਡ ਅੱਗੇ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ। ਐਂਡ ਕਮੈਂਟ ਕਰਕੇ ਵੀ ਜ਼ਰੂਰ ਦੱਸ ਦਿਆ ਕਰੋ ਕਿ ਤੁਹਾਨੂੰ ਸਾਡੀਆਂ ਡਿਜ਼ਾਈਨਿੰਗਸ ਐਂਡ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ। ਅੱਜ ਦੀ ਵੀਡੀਓ ਦੇ ਵਿੱਚ ਜੀ ਮੈਂ ਤੁਹਾਨੂੰ 3 ਸੂਟ ਦਿਖਾਉਂਗੀ। ਇੱਕ ਤਾਂ ਮਸ਼ੀਨ ਵਰਕ ਹੈ ਤੇ 2 ਹੈਂਡ ਵਰਕ ਨੇ। ਬਾਕੀ ਜਿਹੜੀ ਡਿਜ਼ਾਈਨਿੰਗ ਆ ਤੁਸੀਂ ਉਹਦੇ ਵਿੱਚ ਘੱਟ ਵੱਧ ਜਿਵੇਂ ਮਰਜ਼ੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ। ਤੁਸੀਂ ਕੋਈ ਵੀ ਡਿਜ਼ਾਈਨ ਮਸ਼ੀਨ ਆਰੀ ਵਰਕ ਨਾਲ ਬਣਵਾਉਣਾ ਜਾਂ ਪੇਂਟ ਨਾਲ ਕਰਵਾਉਣਾ, ਕਿਉਂਕਿ ਅੱਜ ਕੱਲ੍ਹ ਕਾਫੀ ਟ੍ਰੈਂਡ ਆ, ਇੱਕ ਪੇਂਟ ਦੇ ਵੀ ਅੱਜ ਕੱਲ੍ਹ ਡਿਜ਼ਾਈਨਿੰਗ ਬਹੁਤ ਚੱਲੇ ਨੇ। ਜਿਵੇਂ ਪੇਂਟ ਕਰਵਾ ਕੇ ਆਪਾਂ ਉਹਦੇ ਉੱਤੇ ਹੈਂਡ ਵਰਕ ਕਰਵਾ ਲੈਂਦੇ ਹਾਂ, ਉਹ ਵੀ ਬਹੁਤ ਪ੍ਰੀਟੀ ਲੱਗਦੇ ਨੇ। ਉਹ ਪਲੇਨ ਸੂਟਸ ਦੇ ਨਾਲ ਨਾ ਦੁਪੱਟੇ ਰੈਡੀ ਹੁੰਦੇ ਆ, ਉਹ ਵੀ ਸੋਹਣੇ ਲੱਗਦੇ ਨੇ ਜੀ। ਬਾਕੀ ਜੇ ਤੁਸੀਂ ਕੋਈ ਸਾਡਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ, ਜਿਵੇਂ ਮੈਂ ਤੁਹਾਨੂੰ ਵੀਡੀਓਜ਼ ਦੇ ਵਿੱਚ ਸ਼ੋਅ ਕਰਦੀ ਹਾਂ, ਤੁਸੀਂ ਉਹ ਐਜ਼ ਇਟ ਇਜ਼ ਬਣਾਉਣਾ ਚਾਹੁੰਦੇ ਹੋ ਜਾਂ ਉਹਦੇ ਵਿੱਚ ਕੁਛ ਹੈ ਨਾ ਜ਼ਿਆਦਾ ਘੱਟ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ। ਬਾਕੀ ਜੇ ਤੁਸੀਂ ਕਿਸੇ ਵੀ ਚੀਜ਼ ਦਾ ਜੀ ਰੇਟ ਪੁੱਛਣਾ ਹੈ ਤਾਂ ਪਲੀਜ਼ ਤੁਸੀਂ ਸਕਰੀਨਸ਼ਾਟ ਕਰਕੇ ਜ਼ਰੂਰ ਸਾਨੂੰ ਫੋਟੋ ਭੇਜ ਦਿਆ ਕਰੋ ਅਤੇ ਸਾਡੇ ਵਟਸਐਪ 'ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਜਿਹੜਾ ਸਾਡਾ ਵਟਸਐਪ ਦਾ ਨੰਬਰ ਹੈ ਜੀ, ਆਲਵੇਜ਼ ਮੈਂ ਸਕਰੀਨ ਦੇ ਉੱਤੇ ਪਿੰਨ ਕਰਦੀ ਹਾਂ, ਤੁਸੀਂ ਉੱਥੋਂ ਜਾ ਕੇ ਪਿੱਕ ਕਰ ਸਕਦੇ ਹੋ ਅਤੇ ਸਾਡੇ ਨਾਲ ਗੱਲ ਕਰ ਸਕਦੇ ਹੋ। ਹਾਂਜੀ, ਇਸ ਵੀਡੀਓ ਦਾ ਜਿਹੜਾ ਪਹਿਲਾ ਸੂਟ ਹੈ ਜੀ, ਇਹ ਹੈਗਾ ਮਾਊਸ ਜਿਹਾ ਸ਼ੇਡ ਆ, ਬਹੁਤ ਪਿਆਰਾ ਸ਼ੇਡ ਹੈ ਅਤੇ ਨੈਚੁਰਲ ਕਰੇਵ ਦੇ ਉੱਤੇ ਬਣਿਆ ਹੋਇਆ। ਤੁਸੀਂ ਇਸ ਡਿਜ਼ਾਈਨ ਨੂੰ ਕਿਸੇ ਵੀ ਕਲਰ ਦੇ ਉੱਤੇ ਬਣਾ ਸਕਦੇ ਹੋ। ਇਹ ਫੁੱਲ ਪਾਰਟੀ ਵੇਅਰ ਸੂਟ ਹੈ, ਫੁੱਲ ਹੈਵੀ ਹੈ ਅਤੇ ਹੈਂਡ ਵਰਕ ਹੈ ਜੀ, ਇਹਦੇ ਵਿੱਚ ਕੋਈ ਮਸ਼ੀਨ ਵਗੈਰਾ ਨਹੀਂ ਯੂਜ਼ ਹੋਈ, ਸਾਰਾ ਟੋਟਲੀ ਹੈਂਡ ਵਰਕ ਦੇ ਨਾਲ ਇਹ ਵਰਕ ਹੋਇਆ ਹੋਇਆ। ਆਹ ਦੇਖੋ ਜਿਹੜਾ ਫਰੰਟ ਇਹਦਾ ਬਣਿਆ ਹੋਇਆ, ਇੱਦਾਂ ਛੋਟੀ ਛੋਟੀ ਅਸੀਂ ਸਾਰੀ ਸ਼ਰਟ ਦੇ ਵਿੱਚ ਬੂਟੀ ਪਾਈ ਹੋਈ ਆ ਅਤੇ ਇੱਧਰ ਆ ਦੇਖੋ ਨਿੱਕੀ ਜੀ ਇੱਕ ਤਰ੍ਹਾਂ ਦੀ ਵੇਲ ਟਾਈਪ ਬਣਾਈ ਹੋਈ ਹੈ ਅਸੀਂ, ਜਿੱਦਾਂ ਇੱਦਾਂ ਪੱਟੀ ਨਹੀਂ ਲੱਗਦੀ ਹੁੰਦੀ ਉੱਦਾਂ ਲੱਗੀ ਹੋਈ ਹੈ ਸਾਰੇ। ਅਤੇ ਇਹਦੇ ਵਿੱਚ ਜਿਹੜਾ ਅਸੀਂ ਯੂਜ਼ ਕੀਤਾ ਜੀ, ਇੱਕ ਤਾਂ ਥਰੈਡ ਯੂਜ਼ ਕੀਤਾ ਜਿਵੇਂ ਜ਼ਰੀ ਹੁੰਦੀ ਹੈ, ਉਹ ਇੱਕ ਆਪਾਂ ਕੀਤਾ ਦਬਕਾ ਅਤੇ ਇੱਕ ਆਪਾਂ ਥੋੜ੍ਹਾ ਥੋੜ੍ਹਾ ਗੋਟਾ ਪੱਤੀ ਯੂਜ਼ ਕੀਤਾ ਹੋਇਆ। ਦੇਖੋ ਗੋਟਾ ਪੱਤੀ ਦੇ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ, ਜ਼ਰੀ ਯੂਜ਼ ਹੋਈ ਹੈ, ਛੋਟੇ ਛੋਟੇ ਪਰਲਸ ਵੀ ਨੇ ਅਤੇ ਆਹ ਆਪਾਂ ਆਹ ਲਗਾ ਦਿੱਤਾ ਦਬਕਾ ਲਗਾ ਦਿੱਤਾ ਇਹਦੇ ਵਿੱਚ ਅਤੇ ਇੱਥੇ ਜਿਹੜੇ ਅਸੀਂ ਯੂਜ਼ ਕੀਤੇ ਆ ਪਰਲਸ ਦੇ ਨਾਲ ਅਤੇ ਆਹ ਛੋਟੀ ਛੋਟੀ ਬੂਟੀ, ਜੇ ਤੁਸੀਂ ਸਕਿੱਪ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਕਿੱਪ ਵੀ ਕਰ ਸਕਦੇ ਹੋ, ਅਗਰ ਤੁਸੀਂ ਸੇਮ ਬਣਵਾਉਣਾ ਚਾਹੁੰਦੇ ਹੋ ਤਾਂ ਸੇਮ ਵੀ ਕਰ ਸਕਦੇ ਹੋ। ਅਤੇ ਇੱਧਰ ਜਿਹੜਾ ਇਹਦਾ ਨੈੱਕ ਬਣਿਆ ਹੋਇਆ, ਨੈੱਕ ਵੀ ਇਹਦਾ ਬਹੁਤ ਪਿਆਰਾ ਬਣਿਆ ਹੋਇਆ, ਉਹਨਾਂ ਨੇ ਜਿਹੜਾ ਨੈੱਕ ਬਣਵਾਇਆ ਪਿੱਛੋਂ ਤਾਂ ਬਿਲਕੁਲ ਜਿਵੇਂ ਆਪਾਂ ਕੁੜਤਾ ਸਟਾਈਲ ਬਣਾਉਂਦੇ ਹਾਂ, ਛੋਟਾ ਨੈੱਕ ਉਵੇਂ ਬਣਾਇਆ ਹੋਇਆ, ਫਰੰਟ ਥੋੜ੍ਹਾ ਜਿਹਾ ਠੀਕ ਹੈ ਅਤੇ ਇਹਦਾ ਨੈੱਕ ਹੈ ਜਿਹੜਾ ਇੱਦਾਂ ਬਣਿਆ ਹੋਇਆ ਜੀ। ਤੁਸੀਂ ਇੱਦਾਂ ਸੇਮ ਜਿਹਾ ਡਿਜ਼ਾਈਨ ਕਰਵਾਉਣਾ ਚਾਹੋ ਤਾਂ ਤੁਸੀਂ ਸੇਮ ਕਰਵਾ ਸਕਦੇ ਹੋ। ਬਾਕੀ ਜਿਵੇਂ ਵੀ ਤੁਸੀਂ ਇਹਦੇ ਵਿੱਚ ਕੁਛ ਚੇਂਜਿੰਗ ਚਾਹੀਦੀ ਹੈ, ਤੁਸੀਂ ਉਹ ਸਾਡੇ ਨਾਲ ਗੱਲ ਕਰ ਸਕਦੇ ਹੋ ਵਟਸਐਪ 'ਤੇ, ਜਿਵੇਂ ਦਾ ਵੀ ਤੁਸੀਂ ਡਿਜ਼ਾਈਨ ਕਹੋਗੇ ਅਸੀਂ ਉਵੇਂ ਦਾ ਹੀ ਬਣਾ ਦਾਂਗੇ। ਕਈ ਵਾਰੀ ਇੱਦਾਂ ਹੁੰਦਾ ਵੀ ਆਪਾਂ ਇਕੱਲਾ ਨੈੱਕ ਬਣਵਾਉਣਾ ਹੁੰਦਾ, ਘੇਰਾ ਵਗੈਰਾ ਨਹੀਂ ਬਣਵਾਉਣਾ, ਜਾਂ ਇਕੱਲੀ ਇੱਦਾਂ ਛੋਟੀ ਛੋਟੀ ਬੂਟੀ ਵੀ ਤੁਸੀਂ ਸਾਰੀ ਸ਼ਰਟ 'ਤੇ ਪਵਾ ਸਕਦੇ ਹੋ। ਜਿਵੇਂ ਤੁਸੀਂ ਕੰਫਰਟੇਬਲ ਹੋ ਜੀ ਉਵੇਂ ਤੁਸੀਂ ਇਸ ਡਿਜ਼ਾਈਨ ਨੂੰ ਬਣਵਾ ਸਕਦੇ ਹੋ। ਆਹ ਦੇਖੋ ਬਾਹਾਂ ਦੇ ਉੱਤੇ ਵੀ ਬਹੁਤ ਪਿਆਰਾ ਬਣਿਆ ਹੋਇਆ, ਬਾਹਾਂ ਦੇ ਉੱਤੇ ਅਸੀਂ ਉਹ ਬਣਾਇਆ ਜਿਹੜਾ ਅਸੀਂ ਘੇਰੇ ਦੇ ਉੱਤੇ ਬਣਾਇਆ ਹੋਇਆ ਅਤੇ ਸਾਰੀਆਂ ਬਾਹਾਂ ਦੇ ਵਿੱਚ ਵੀ ਅਸੀਂ ਛੋਟੀ ਛੋਟੀ ਇੱਦਾਂ ਬੂਟੀ ਪਾਈ ਹੋਈ ਆ, ਜਿਹੜੀ ਕਿ ਬਹੁਤ ਜ਼ਿਆਦਾ ਪਿਆਰੀ ਲੱਗਦੀ ਹੈ, ਬਹੁਤ ਸੋਹਣਾ ਪੀਸ ਬਣਿਆ। ਇਹਦਾ ਜਿਹੜਾ ਬੈਕ ਹੈ, ਬੈਕ 'ਤੇ ਕੋਈ ਵਰਕ ਨਹੀਂ ਕੀਤਾ, ਬਟ ਅੱਜ ਕੱਲ੍ਹ ਟ੍ਰੈਂਡ ਹੈ ਜੀ, ਤੁਸੀਂ ਬੈਕ 'ਤੇ ਵੀ ਕਰਵਾ ਸਕਦੇ ਹੋ। ਜਿਵੇਂ ਇਕੱਲਾ ਨੈੱਕ ਕਰਵਾ ਲਿਆ, ਘੇਰਾ ਫਰੰਟ ਬੈਕ ਕਰਵਾ ਲਿਆ, ਇੱਦਾਂ ਵੀ ਬਹੁਤ ਪ੍ਰੀਟੀ ਲੱਗਦੇ ਆ, ਬਟ ਜਿਵੇਂ ਕਸਟਮਰ ਦੀ ਚੁਆਇਸ ਹੁੰਦੀ ਹੈ ਜੀ, ਅਸੀਂ ਉਸ ਹਿਸਾਬ ਨਾਲ ਹੀ ਜਾਣਾ ਹੁੰਦਾ। ਅਤੇ ਇਹਦੇ ਵਿੱਚ ਜਿਹੜੀ ਅਸੀਂ ਯੂਜ਼ ਕੀਤੀ ਹੋਈ ਆ ਗੋਲਡਨ ਕਲਰ ਦੀ ਫਿਨਿਸ਼ਿੰਗ ਪੱਟੀ ਯੂਜ਼ ਕੀਤੀ ਹੋਈ ਆ, ਜਿਹਦੇ ਨਾਲ ਸੂਟ ਹੋਰ ਵੀ ਜ਼ਿਆਦਾ ਪਿਆਰਾ ਲੱਗਦਾ। ਇੱਕ ਤਾਂ ਅਸੀਂ ਇਹ ਫਿਨਿਸ਼ਿੰਗ ਪੱਟੀ ਯੂਜ਼ ਕੀਤੀ ਆ, ਬਾਕੀ ਜੇ ਇਹਦੇ ਵਿੱਚ ਕੋਈ ਹੋਰ ਥਰੈਡ ਹੁੰਦੀ ਤਾਂ ਆਪਾਂ ਫਿਨਿਸ਼ਿੰਗ ਪੱਟੀ ਉੱਦਾਂ ਦੀ ਵੀ ਯੂਜ਼ ਕਰ ਸਕਦੇ ਸੀ, ਪਰ ਇਹ ਟੋਟਲੀ ਗੋਲਡਨ ਦੇ ਵਿੱਚ ਬਣਿਆ ਹੋਇਆ ਤਾਂ ਕਰਕੇ ਅਸੀਂ ਗੋਲਡਨ ਜਿਹੜੀ ਆ ਫਿਨਿਸ਼ਿੰਗ ਪੱਟੀ ਯੂਜ਼ ਕੀਤੀ ਆ। ਅਤੇ ਜਿਹੜੀ ਇਹਦੀ ਬੋਟਮ ਹੈ ਜੀ, ਇਹਦੀ ਬੋਟਮ 'ਤੇ ਵੀ ਆ ਦੇਖੋ ਵਰਕ ਹੋਇਆ ਹੋਇਆ, ਜਿਹੜਾ ਕਿ ਬਹੁਤ ਜ਼ਿਆਦਾ ਪਿਆਰਾ ਲੱਗਦਾ। ਬੋਟਮ 'ਤੇ ਵੀ ਅਸੀਂ ਇੱਦਾਂ ਵਰਕ ਕੀਤਾ ਹੋਇਆ ਅਤੇ ਛੋਟੀ ਛੋਟੀ ਬੂਟੀ ਅਸੀਂ ਇੱਦਾਂ ਸਲਵਾਰ ਦੇ ਉੱਤੇ ਪਾਈ ਹੋਈ ਆ।
ਇਹ ਡਿਜ਼ਾਈਨ ਅਸੀਂ ਪਹਿਲਾਂ ਵੀ ਬਣਾਇਆ ਹੋਇਆ ਜੀ, ਅਸੀਂ ਰੋਇਲ ਬਲੂ ਸੂਟ ਤੇ ਬਣਾਇਆ ਸੀ, ਹੁਣ ਅਸੀਂ ਇਹ ਮਾਊਸ ਸ਼ੇਡ ਤੇ ਬਣਾਇਆ। ਮਾਊਸ ਤੇ ਵੀ ਬਣਿਆ ਹੋਇਆ ਸਾਡਾ ਰੋਇਲ ਬਲੂ ਤੇ ਵੀ ਬਣਿਆ ਹੋਇਆ, ਬਟ ਕਸਟਮਰ ਨੇ ਅਗੇਨ ਮਾਊਸ ਤੇ ਬਣਵਾਇਆ, ਜਿਹੜਾ ਕਿ ਬਹੁਤ ਜ਼ਿਆਦਾ ਸੋਹਣਾ ਲੱਗਦਾ। ਤੁਸੀਂ ਇਹਦਾ ਪੈਂਟ ਪਲਾਜ਼ੋ ਬਣਵਾਉਣਾ ਚਾਹੁੰਦੇ ਹੋ, ਪੈਂਟ ਪਲਾਜ਼ੋ ਵੀ ਬਣਾ ਸਕਦੇ ਹੋ, ਜਿਵੇਂ ਦਾ ਵੀ ਤੁਸੀਂ ਕਰਵਾਉਣਾ ਚਾਹੋ ਉਵੇਂ ਕਰਵਾ ਸਕਦੇ ਹੋ। ਅਤੇ ਜਿਹੜੀ ਇਹਦੇ ਨਾਲ ਦੁਪੱਟਾ ਜੀ, ਇਹਦੇ ਨਾਲ ਪਿਓਰ ਚਨੋਨ ਦਾ ਦੁਪੱਟਾ ਆ, ਅਤੇ ਇੱਦਾਂ ਅਸੀਂ ਆਹ ਦੇਖੋ ਗੋਲਡਨ ਕਲਰ ਦੀ ਲੈਸ ਲਗਾਈ ਹੋਈ ਆ, ਛੋਟੀ ਛੋਟੀ ਲਗਾਈ ਹੋਈ ਆ, ਗੋਟਾ ਟਾਈਪ ਲੱਗੀ ਹੋਈ ਆ ਵੈਸੇ ਤਾਂ, ਬਟ ਛੋਟੀ ਛੋਟੀ ਲੇਸ ਅਸੀਂ ਗੋਲਡਨ ਕਲਰ ਦੀ ਲਗਾ ਕੇ ਉਹਨੂੰ ਫਿਨਿਸ਼ਿੰਗ ਦਿੱਤੀ ਹੋਈ ਆ। ਹੋਰ ਅਸੀਂ ਇਹਦੇ ਵਿੱਚ ਕੁਛ ਨਹੀਂ ਕੀਤਾ ਜੀ, ਦੁਪੱਟਾ ਜਿਹੜਾ ਅਸੀਂ ਯੂਜ਼ ਕੀਤਾ ਆ ਪਿਓਰ ਚਨੋਨ ਦਾ ਕੀਤਾ ਆ, ਤੁਸੀਂ ਪਿਓਰ ਔਰਗੈਂਜ਼ਾ ਵੀ ਕਰ ਸਕਦੇ ਹੋ, ਜਿਹੜਾ ਦੁਪੱਟਾ ਤੁਸੀਂ ਕੰਫਰਟੇਬਲ ਹੋ ਜਿਹਦੇ ਵਿੱਚ ਤੁਸੀਂ ਉਹੀ ਦੁਪੱਟਾ ਯੂਜ਼ ਕਰ ਸਕਦੇ ਹੋ। ਅਤੇ ਇਹਦਾ ਜਿਹੜਾ ਪ੍ਰਾਈਜ਼ ਹੈ ਜੀ, ਇਹ ਤੁਸੀਂ ਵਟਸਐਪ ਕਰਕੇ ਸਾਡੇ ਨਾਲ ਗੱਲ ਕਰ ਸਕਦੇ ਹੋ ਅਤੇ ਇਹਦੀ ਪ੍ਰਾਈਜ਼ ਵੀ ਜਾਣ ਸਕਦੇ ਹੋ। ਅਗਰ ਸੇਮ ਕਸਟੋਮਾਈਜ਼ ਕਰਵਾਉਣਾ ਤੁਸੀਂ ਕਸਟੋਮਾਈਜ਼ ਵੀ ਕਰਵਾ ਸਕਦੇ। ਹਾਂਜੀ, ਨੈਕਸਟ ਸੂਟ ਹੈਗਾ ਮਸ਼ੀਨ ਵਰਕ ਦਾ ਸੂਟ ਹੈ, ਇਹ ਵੀ ਬਹੁਤ ਪਿਆਰਾ ਪੀਸ ਬਣਿਆ ਹੋਇਆ, ਇਹ ਵੀ ਅਸੀਂ ਪਹਿਲਾਂ ਬਣਾਇਆ ਹੋਇਆ। ਐਕਚੁਲੀ ਜਿਹੜਾ ਪਹਿਲਾਂ ਕਸਟਮਰ ਨੇ ਬਣਾਇਆ ਸੀ ਉਹ ਸਾਡਾ ਡਿਜ਼ਾਈਨ ਹੀ ਸੀ, ਇਹ ਆਲਰੇਡੀ ਕਸਟਮਾਈਜ਼ ਹੋਇਆ ਹੋਇਆ ਸੀਗਾ, ਸਾਨੂੰ ਜਿਵੇਂ ਦਾ ਡਿਜ਼ਾਈਨ ਆਇਆ ਸੀ ਉਵੇਂ ਦਾ ਹੀ ਡਿਜ਼ਾਈਨ ਬਣਾਤਾ ਸੀ। ਅਤੇ ਅਗੇਨ ਅਸੀਂ ਸੇਮ ਕਲਰ ਦੇ ਉੱਤੇ ਇਹ ਡਿਜ਼ਾਈਨ ਬਣਾਇਆ ਹੋਇਆ, ਗ੍ਰੇ ਕਲਰ ਦੇ ਵਿੱਚ ਅਸੀਂ ਇਹ ਬਣਾਇਆ ਹੋਇਆ। ਗ੍ਰੇ ਵੀ ਦੋ ਤਿੰਨ ਕਲਰ ਦੇ ਹੁੰਦੇ ਆ ਜੀ, ਚੇਂਜ ਹੁੰਦਾ ਇਹਨਾਂ ਦੇ ਵਿੱਚ, ਜਿਵੇਂ ਇੱਕ ਤਾਂ ਇਹ ਬਲੈਕਿਸ਼ ਗ੍ਰੇ ਆ, ਇੱਕ ਹੁੰਦਾ ਸੀਮੈਂਟਡ ਜਿਹਾ ਗ੍ਰੇ ਹੁੰਦਾ ਜਿਵੇਂ ਲਾਈਟ ਗ੍ਰੇ ਆਪਾਂ ਕਹਿ ਦਿੰਦੇ ਹਾਂ, ਇੱਕ ਉਸ ਤੋਂ ਥੋੜ੍ਹਾ ਜਿਹਾ ਡਾਰਕ ਹੁੰਦਾ ਬਟ ਇਹਦੇ ਤੋਂ ਥੋੜ੍ਹਾ ਜਿਹਾ ਲਾਈਟ ਹੁੰਦਾ। ਇਹ ਵੀ ਕਲਰ ਬਹੁਤ ਪਿਆਰਾ ਆ, ਗ੍ਰੇ ਕਲਰ ਦੇ ਵਿੱਚ ਬਣਿਆ ਹੋਇਆ, ਬਲੈਕਿਸ਼ ਗ੍ਰੇ ਦੇ ਵਿੱਚ ਹੈ, ਅਤੇ ਫੁੱਲੀ ਇਹ ਮਸ਼ੀਨ ਦੇ ਨਾਲ ਹੋਇਆ ਹੋਇਆ ਜੀ, ਮਸ਼ੀਨ ਪੰਪ ਮਸ਼ੀਨ ਨਾਲ ਹੋਇਆ ਹੋਇਆ। ਆਹ ਦੇਖੋ ਬਹੁਤ ਪਿਆਰੀ ਚੀਜ਼ ਬਣੀ ਹੋਈ ਹੈ, ਅਤੇ ਇਹਦੇ ਵਿੱਚ ਜਿਹੜੀ ਅਸੀਂ ਪਾਈਪਿੰਗ ਵਗੈਰਾ ਕੱਢੀ ਹੈ ਉਹ ਅਸੀਂ ਮਲਟੀ ਸ਼ੇਡ ਦੀ ਕੱਢੀ ਹੈ, ਜਿਹਦੇ ਵਿੱਚ ਕਿ ਦੋ ਤਿੰਨ ਕਲਰ ਨੇ, ਕਿਉਂਕਿ ਇਹ ਆਪ ਹੀ ਬਹੁਤ ਕਲਰਫੁੱਲ ਸੂਟ ਸੀਗਾ, ਇਸ ਕਰਕੇ ਜੀ ਅਸੀਂ ਜਿਹੜੀ ਫਿਨਿਸ਼ਿੰਗ ਦਿੱਤੀ ਹੈ ਇਹਨੂੰ ਇਹਦੇ ਨਾਲ ਦਿੱਤੀ ਹੈ ਜੀ, ਲੇਸ ਨਾਲ, ਬਰੀਕ ਨਾਲ, ਕੋਟਨ ਦੀ ਨਾਲ, ਅਤੇ ਇਹ ਮਲਟੀ ਸ਼ੇਡ ਦੀ ਅਸੀਂ ਲੈਸ ਲਗਾਈ ਹੋਈ ਹੈ। ਬਾਕੀ ਤੁਸੀਂ ਅਗਰ ਇਕੱਲਾ ਵਰਕ ਕਰਵਾਉਣਾ ਚਾਹੁੰਦੇ ਹੋ, ਸਟਿਚਿੰਗ ਨਹੀਂ ਲੈਣਾ ਚਾਹੁੰਦੇ, ਤੁਸੀਂ ਉਵੇਂ ਵੀ ਕਰ ਸਕਦੇ ਹੋ, ਕਿਉਂਕਿ ਸਮ ਟਾਈਮ ਜਦੋਂ ਆਪਾਂ ਪਹਿਲੀ ਵਾਰੀ ਕਿਸੇ ਤੋਂ ਟਰਾਈ ਕਰਦੇ ਹਾਂ ਤਾਂ ਜਿਹੜੀ ਆਪਣੀ ਫਿਟਿੰਗ ਹੈ ਕਈ ਵਾਰੀ ਆਪਾਂ ਨੂੰ ਨਹੀਂ ਸੈੱਟ ਬੈਠਦੀ, ਇਸ ਕਰਕੇ ਜੀ ਤੁਸੀਂ ਇਕੱਲਾ ਵਰਕ ਵੀ ਕਰਵਾ ਸਕਦੇ ਹੋ ਅਗਰ ਕਰਵਾਉਣਾ ਚਾਹੋ। ਇਹਦੀਆਂ ਬਾਹਾਂ 'ਤੇ ਵੀ ਅਸੀਂ ਉਹ ਵੀ ਵਰਕ ਕੀਤਾ ਹੋਇਆ ਆ, ਬਹੁਤ ਪਿਆਰਾ ਲੱਗਦਾ ਜੀ, ਇੱਕ ਫਲਾਵਰ ਪਾਇਆ ਹੋਇਆ ਦੇਖੋ ਪਿੰਕ ਕਲਰ ਦਾ, ਬਾਹਾਂ 'ਤੇ ਵੀ ਅਸੀਂ ਸੇਮ ਵਰਕ ਕੀਤਾ ਅਤੇ ਆਹ ਸਾਰਾ ਜ਼ਰੀ ਦੇ ਨਾਲ ਹੋਇਆ ਹੋਇਆ, ਅਤੇ ਨੈੱਕ ਦੇ ਵਿੱਚ ਵੀ ਅਸੀਂ ਇੱਦਾਂ ਹੀ ਸਾਰਾ ਵਰਕ ਦੇ ਵਿੱਚ, ਆਹ ਦੇਖੋ ਕਲਰਫੁੱਲ ਬਹੁਤ ਪਿਆਰਾ ਲੱਗ ਰਿਹਾ। ਜੇ ਇਹ ਕਲਰ ਆਪਾਂ ਸੋਰੀ ਇਹ ਵਰਕ ਆਪਾਂ ਬਲੈਕ 'ਤੇ ਵੀ ਕਰਵਾਵਾਂਗੇ, ਬਲੈਕ 'ਤੇ ਵੀ ਬਹੁਤ ਪਿਆਰਾ ਲੱਗੂਗਾ, ਕਿਉਂਕਿ ਉੱਠਵੇਂ ਜੇ ਕਲਰ ਹੈ, ਕਲਰਫੁੱਲ ਚੀਜ਼ ਬਲੈਕ 'ਤੇ ਵੀ ਬਹੁਤ ਪਿਆਰੀ ਲੱਗਦੀ ਹੈ। ਅਤੇ ਇਹਦੀ ਨੈੱਕ 'ਤੇ ਵੀ ਅਸੀਂ ਇੱਦਾਂ ਦੀ ਆਹ ਲੇਸ ਲਗਾਈ ਹੋਈ ਹੈ ਮਲਟੀ ਸ਼ੇਡ ਦੀ, ਅਤੇ ਜਿਹੜੀ ਇਹਦੀ ਬੋਟਮ ਹੈ ਜੀ, ਇਹਦੀ ਬੋਟਮ ਹੈਗੀ ਹੈ ਪਲੇਨ, ਇਹਦੀ ਬੋਟਮ 'ਤੇ ਆਪਾਂ ਕੋਈ ਵਰਕ ਨਹੀਂ ਕੀਤਾ, ਬੋਟਮ 'ਤੇ ਵੀ ਆਹ ਦੇਖੋ ਅਸੀਂ ਇੱਦਾਂ ਦੀ ਫਿਨਿਸ਼ਿੰਗ ਦਿੱਤੀ ਹੈ, ਇਹਦੀ ਲੇਸ ਯੂਜ਼ ਕੀਤੀ ਹੋਈ ਆ ਆਪਾਂ ਮਲਟੀ ਸ਼ੇਡ ਦੀ। ਅਸੀਂ ਹਮੇਸ਼ਾ ਆਪਦੀ ਹਰੇਕ ਬੋਟਮ ਸਾਡੀ ਜਾਂ ਤਾਂ ਫਿਨਿਸ਼ਿੰਗ ਪੱਟੀ ਦੇ ਨਾਲ ਫਿਨਿਸ਼ ਹੁੰਦੀ ਹੈ ਜਾਂ ਲੇਸ ਦੇ ਨਾਲ, ਕਿਉਂਕਿ ਇੱਦਾਂ ਖਾਲੀ ਜੀ ਬੋਟਮ ਚੰਗੀ ਨਹੀਂ ਲੱਗਦੀ ਹੈਗੀ, ਇਸ ਕਰਕੇ ਅਸੀਂ ਬੋਟਮ ਦੇ ਵਿੱਚ ਇੱਦਾਂ ਦੀ ਹੈ ਨਾ, ਇਹਨੂੰ ਥੋੜ੍ਹਾ ਜਿਹਾ ਸੋਹਣਾ ਬਣਾਉਣ ਖਾਤਰ ਅਸੀਂ ਇਹ ਚੀਜ਼ ਜ਼ਰੂਰ ਯੂਜ਼ ਕਰਦੇ ਹਾਂ। ਅਤੇ ਜਿਹੜਾ ਇਹਦੇ ਨਾਲ ਵੀ ਦੁਪੱਟਾ ਯੂਜ਼ ਹੋਇਆ ਜੀ, ਇਹਦੇ ਨਾਲ ਵੀ ਪਿਓਰ ਚਨੋਨ ਦਾ ਦੁਪੱਟਾ ਯੂਜ਼ ਹੋਇਆ, ਅਤੇ ਇਹਦੇ ਨਾਲ ਆਪਾਂ ਜਿਹੜਾ ਡਾਈ ਕੀਤਾ ਹੋਇਆ, ਇਹ ਫੁੱਲ ਬੰਦੇਜ਼ ਪਾਏ ਹੋਏ ਨੇ, ਬੰਦੇਜ਼ ਦੇ ਨਾਲ ਡਾਈ ਕੀਤਾ ਹੋਇਆ, ਦੇਖੋ ਦੋ ਤਿੰਨ ਕਲਰ ਜਿਹੜੇ ਸੂਟ ਦੇ ਵਿੱਚ ਸੀ ਉਹੀ ਆਪਾਂ ਇਹਦੇ ਵਿੱਚ ਪਾਏ ਹੋਏ ਆ, ਜਿਹੜੇ ਕਿ ਬਹੁਤ ਜ਼ਿਆਦਾ ਪਿਆਰੇ ਲੱਗ ਰਹੇ ਆ। ਸਕਾਈ ਬਲੂ ਕਲਰ ਪਾਇਆ ਹੋਇਆ ਜੀ, ਗ੍ਰੀਨ ਕਲਰ ਅਤੇ ਪਿੰਕ ਕਲਰ, ਆਹ ਦੇਖੋ ਪੂਰਾ ਬੰਦੇਜ਼ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ, ਜਿਹੜਾ ਕਿ ਬਹੁਤ ਪਿਆਰਾ ਲੱਗਦਾ। ਬਾਕੀ ਜੀ ਹਰੇਕ ਸਟੱਫ ਹੈ ਨਾ, ਜਿਵੇਂ ਅਸੀਂ ਇਹ ਨੈਚੁਰਲ ਕਰੇਪ 'ਤੇ ਬਣਾਇਆ ਅਤੇ ਦੁਪੱਟਾ ਪਿਓਰ ਚਨੋਨ ਕੀਤਾ ਆ, ਤੁਸੀਂ ਕੋਈ ਵੀ ਸਟੱਫ 'ਤੇ ਕਰਵਾ ਸਕਦੇ ਹੋ ਜਿਹਦੇ ਵਿੱਚ ਤੁਸੀਂ ਕੰਫਰਟੇਬਲ ਹੋ। ਕਈਆਂ ਨੂੰ ਪਿਓਰ ਚਨੋਨ ਨਹੀਂ ਪਸੰਦ ਹੁੰਦੀ ਇਹ, ਕਿਉਂਕਿ ਹਲਕਾ ਦੁਪੱਟਾ ਹੁੰਦਾ, ਇਹਨੂੰ ਕੈਰੀ ਕਰਨਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਤੁਸੀਂ ਆਪਣੀ ਮਰਜ਼ੀ ਨਾਲ ਜਿਹੜੇ ਮਰਜ਼ੀ ਦੁਪੱਟੇ ਦੇ ਉੱਤੇ ਇੱਦਾਂ ਦਾ ਡਿਜ਼ਾਈਨ ਪਵਾ ਸਕਦੇ ਹੋ, ਜਿਹੜਾ ਮਰਜ਼ੀ ਇਹਦੇ ਲਈ ਸਟੱਫ ਯੂਜ਼ ਕਰ ਸਕਦੇ ਹੋ। ਜੋਰਜਟ 'ਤੇ ਵੀ ਬਹੁਤ ਸੋਹਣਾ ਲੱਗੂਗਾ, ਅੱਜ ਕੱਲ੍ਹ ਜਿਹੜਾ ਸਮਾਂ ਚੱਲ ਰਿਹਾ ਜੀ ਹੁਣ ਇਹਦਾ ਆਊਗਾ ਵਿੰਟਰਸ ਦਾ, ਅਤੇ ਇਹ ਥੋੜ੍ਹਾ ਜਿਹਾ ਇੱਦਾਂ ਆ ਵੀ ਸ਼ਾਈਨਫੁੱਲ ਕੱਪੜਾ ਥੋੜ੍ਹਾ ਜਿਹਾ ਜ਼ਿਆਦਾ ਸੋਹਣਾ ਲੱਗਦਾ। ਅਤੇ ਤੁਸੀਂ ਵੀ ਅਗਰ ਸੇਮ ਕਸਟੋਮਾਈਜ਼ ਕਰਵਾਉਣਾ ਚਾਹੋ ਤਾਂ ਤੁਸੀਂ ਕਰਵਾ ਸਕਦੇ ਹੋ ਜੀ, ਬਾਕੀ ਇਹਦਾ ਸਕਰੀਨਸ਼ੋਟ ਕਰਕੇ ਇਹਦੇ ਪ੍ਰਾਈਜ਼ ਵੀ ਜਾਣ ਸਕਦੇ ਹੋ।
ਹਾਂਜੀ ਜਿਹੜਾ ਇਹ ਸੂਟ ਹੈ ਜੀ ਇਹ ਵੀ ਹੈਂਡ ਵਰਕ ਦੇ ਨਾਲ ਹੋਇਆ ਹੋਇਆ, ਇਹ ਵੀ ਨੈਚੁਰਲ ਕਰੇਪ ਦੇ ਉੱਤੇ ਬਣਿਆ ਹੋਇਆ। ਬਾਕੀ ਇਹ ਪਰਪਲ ਸ਼ੇਡ ਦੇ ਵਿੱਚ ਹੈ ਜਿਹੜਾ ਇਹਦੇ ਵਿੱਚ ਅਸੀਂ ਡਿਜ਼ਾਇਨ ਆਇਆ ਸੀ, ਪਹਿਲਾਂ ਇਹ ਗ੍ਰੀਨ 'ਤੇ ਬਣਾਇਆ ਹੋਇਆ ਸੀਗਾ ਡਿਜ਼ਾਇਨ, ਹੁਣ ਉਹਨਾਂ ਨੇ ਇਹ ਪਰਪਲ ਸ਼ੇਡ 'ਤੇ ਬਣਵਾਇਆ ਆ। ਬਹੁਤ ਪਿਆਰਾ ਕਲਰ ਹੈ, ਇਹ ਵੀ ਗ੍ਰੀਨ ਦੇ ਉੱਤੇ ਵੀ ਬਹੁਤ ਸੋਹਣਾ ਲੱਗ ਰਿਹਾ ਸੀ, ਪਰਪਲ ਦੇ ਉੱਤੇ ਵੀ ਬਹੁਤ ਸੋਹਣਾ ਲੱਗ ਰਿਹਾ। ਅਤੇ ਇਹਦੇ ਵਿੱਚ ਜਿਹੜਾ ਅਸੀਂ ਥਰੈਡ ਯੂਜ਼ ਕੀਤਾ ਨਾ, ਅਸੀਂ ਸਕਾਈ ਬਲੂ ਕਲਰ ਦਾ ਯੂਜ਼ ਕੀਤਾ ਜੀ, ਫਿਰੋਜ਼ੀ ਜਿਹਾ ਟੱਚ ਦਿੱਤਾ ਹੈ ਜਿਹੜਾ ਕਿ ਬਹੁਤ ਜ਼ਿਆਦਾ ਪਿਆਰਾ ਲੱਗਦਾ। ਇਹਦੇ ਵਿੱਚ ਅਸੀਂ ਰੈੱਡ ਕਰਦੇ, ਸ਼ਾਇਦ ਉਹ ਇੰਨੀ ਫਿਨਿਸ਼ਿੰਗ ਨਹੀਂ ਸੀ ਉਹਦੇ ਨਾਲ ਆਉਣੀ, ਕਿਉਂਕਿ ਇੱਦਾਂ ਨਾ ਕਿ ਕਲਰ ਦੇ ਨਾਲ ਹੀ ਮੈਚ ਕਰਕੇ ਆਪਾਂ ਨੂੰ ਉਹ ਚੀਜ਼ ਬਣਾਉਣੀ ਚਾਹੀਦੀ ਆ ਕਿ ਜਿਹੜੀ ਉਹ ਉੱਠੇ ਵੀ। ਕਈ ਵਾਰੀ ਨਾ ਆਪਾਂ ਨੂੰ ਇੱਦਾਂ ਲੱਗਦਾ ਹੁੰਦਾ ਜਦੋਂ ਆਪਾਂ ਵਰਕ ਕਰਵਾਉਂਦੇ ਹਾਂ, ਆਪਾਂ ਨੂੰ ਉਹ ਚੀਜ਼ ਇੱਦਾਂ ਲੱਗਦੀ ਹੁੰਦੀ ਹੈ ਵੀ ਅਸੀਂ ਸੇਮ ਹੀ ਕਰਵਾਉਣਾ ਸੀ, ਰੈੱਡ ਹੀ ਪਾਉਣਾ ਸੀ, ਬਟ ਜਦੋਂ ਉਹ ਚੀਜ਼ ਬਣ ਜਾਂਦੀ ਹੈ ਨਾ ਫਿਰ ਪਤਾ ਲੱਗਦਾ ਉਹਦੀ ਫਿਨਿਸ਼ਿੰਗ ਦਾ। ਅਤੇ ਇਹਦਾ ਜਿਹੜਾ ਆ ਇਹਦਾ ਨਾ ਜਿਹੜਾ ਚੌਕ 'ਤੇ ਘੇਰਾ ਬਣਿਆ ਹੋਇਆ ਉਹ ਇੰਨਾ ਹੈਵੀ ਨਹੀਂ ਹੈਗਾ, ਮੀਨਸ ਇਹਦਾ ਚੌਕ ਘੇਰਾ ਇੱਦਾਂ ਪੱਟੀ ਟਾਈਪ ਹੀ ਬਣਿਆ ਹੋਇਆ ਦੇਖੋ ਪੂਰੀ। ਅਤੇ ਇਹਦੇ ਵਿੱਚ ਪਰਲਸ ਯੂਜ਼ ਹੋਏ ਹੋਏ ਅਤੇ ਸਿੱਪੀਆਂ, ਅਤੇ ਆਹ ਦੇਖੋ ਥਰੈਡ ਦੇ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਅਸੀਂ, ਅਤੇ ਸਾਰੋ ਚਾਰੋਂ ਤਰਫ ਇਹ ਵਾਲਾ ਆ ਰਿਹਾ ਦੇਖੋ ਇੱਦਾਂ ਬਹੁਤ ਸੋਹਣਾ ਲੱਗ ਰਿਹਾ। ਅਤੇ ਜਿਹੜੀ ਇਹਦਾ ਨੈੱਕ ਬਣਿਆ ਉਹ ਵੀ ਇੱਕ ਸਿੰਪਲ ਟਾਈਪ ਹੀ ਬਣਿਆ ਹੋਇਆ, ਇੰਨਾ ਹੈਵੀ ਨਹੀਂ, ਬਟ ਜਿਹੜੀਆਂ ਇਹਦੀਆਂ ਬਾਜੂ ਨੇ ਨਾ ਜੀ, ਬਾਜੂ ਇਹਦੀਆਂ ਬਹੁਤ ਹੈਵੀ ਨੇ, ਆਹ ਦੇਖੋ ਬਹੁਤ ਜ਼ਿਆਦਾ ਹੈਵੀ ਬਣੀਆਂ ਹੋਈਆਂ ਨੇ ਬਾਜੂ ਇਹਦੀਆਂ, ਜਿਹੜੀਆਂ ਕਿ ਬਹੁਤ ਪਿਆਰੀਆਂ ਲੱਗਦੀਆਂ। ਜਦੋਂ ਵੀਅਰ ਕਰਨਗੇ ਫਿਰ ਸਾਰਾ ਦੇਖੂ, ਬਾਜੂ ਦੇ ਵਿੱਚ ਦਬਕਾ ਵੀ ਯੂਜ਼ ਹੋਇਆ ਹੋਇਆ, ਪਰਲਸ ਵੀ ਯੂਜ਼ ਹੋਏ ਹੋਏ ਨਾ, ਕੜਦਾਨਾ ਵੀ ਯੂਜ਼ ਹੋਇਆ, ਅਤੇ ਥੋੜ੍ਹਾ ਬਹੁਤ ਅਸੀਂ ਇਹਦੇ ਨਾਲ ਥਰੈਡ ਦੇ ਨਾਲ ਵੀ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਆ, ਜਿਹੜਾ ਕਿ ਬਹੁਤ ਜ਼ਿਆਦਾ ਪਿਆਰਾ ਲੱਗਦਾ। ਤੁਸੀਂ ਵੀ ਇਹ ਸੇਮ ਨੂੰ ਜੇ ਬਣਾਉਣਾ ਚਾਹੁੰਦੇ ਹੋ, ਤੁਸੀਂ ਵਾਈਟ ਦੇ ਉੱਤੇ ਵੀ ਬਣਾਓਗੇ, ਵਾਈਟ ਨਾਲ ਵੀ ਇਹ ਬਹੁਤ ਪਿਆਰਾ ਲੱਗੂਗਾ, ਕਿਉਂਕਿ ਜੇ ਆਹ ਥਰੈਡ ਆਪਾਂ ਵਾਈਟ ਦੇ ਉੱਤੇ ਯੂਜ਼ ਕਰਾਂਗੇ ਨਾ, ਤਾਂ ਵਾਈਟ ਦੇ ਉੱਤੇ ਵੀ ਇਹ ਬਹੁਤ ਜ਼ਿਆਦਾ ਪ੍ਰਿਟੀ ਲੱਗੂਗਾ, ਕਿਉਂਕਿ ਅੱਜ ਕੱਲ੍ਹ ਵਾਈਟ ਵੀ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਆ। ਜਿਹੜੀ ਇਹਦੀ ਬੋਟਮ ਹੈ ਜੀ, ਇਹਦੀ ਬੋਟਮ ਵੀ ਬਹੁਤ ਜ਼ਿਆਦਾ ਹੈਵੀ ਬਣੀ ਹੋਈ ਆ, ਆਹ ਦੇਖੋ ਬੋਟਮ ਦੇ ਉੱਤੇ ਵੀ ਸਾਰਾ ਅਸੀਂ ਉਹੀ ਵਰਕ ਕੀਤਾ ਹੋਇਆ ਜਿਹੜਾ ਬਾਜੂ ਦੇ ਉੱਤੇ ਕੀਤਾ ਹੋਇਆ। ਬਾਕੀ ਜਦੋਂ ਨਾ ਵੀਅਰ ਕਰਦੇ ਹਾਂ ਉਦੋਂ ਇਹਦੇ ਐਗਜੈਕਟ ਪਤਾ ਲੱਗਦਾ। ਆਹ ਦੇਖੋ ਸਾਰੀ ਬੋਟਮ ਵੀ ਇਹਦੀ ਵਰਕ ਹੋਈ ਹੋਈ ਹੈ ਜਿਹੜੀ ਕਿ ਬਹੁਤ ਜ਼ਿਆਦਾ ਪਿਆਰੀ ਲੱਗਦੀ ਹੈ। ਤੁਸੀਂ ਇਹ ਪਲਾਜ਼ੋ ਵੀ ਬਣਵਾ ਸਕਦੇ ਹੋ, ਜਿੱਦਾਂ ਇਹਨਾਂ ਨੇ ਸਲਵਾਰ ਬਣਾਈ ਹੈ ਸਲਵਾਰ ਵੀ ਬਣਵਾ ਸਕਦੇ ਹੋ, ਜਿਵੇਂ ਇਹਦੀ ਵੀ ਤੁਹਾਨੂੰ ਵਧੀਆ ਲੱਗਦੀ ਹੈ, ਤੁਹਾਨੂੰ ਬੋਟਮ ਦੇ ਵਿੱਚ ਜੋ ਤੁਹਾਨੂੰ ਵਧੀਆ ਲੱਗਦਾ, ਜਾਂ ਤੁਸੀਂ ਬੋਟਮ ਨਹੀਂ ਵਰਕ ਕਰਾਉਣੀ, ਕੋਈ ਨਾਲ ਸ਼ਰਾਰਾ ਗਰਾਰਾ ਜਾਂ ਕੁਛ ਵੀ ਬਣਵਾਉਣਾ ਚਾਹੁੰਦੇ ਹੋ, ਉਵੇਂ ਵੀ ਬਣਵਾ ਸਕਦੇ ਹੋ। ਬਾਕੀ ਜਿਹੜਾ ਇਹ ਪੀਸ ਇੱਦਾਂ ਬਣਿਆ ਹੋਇਆ ਬਹੁਤ ਪਿਆਰਾ ਪੀਸ ਲੱਗ ਰਿਹਾ, ਤੁਸੀਂ ਵਾਈਟ ਦੇ ਉੱਤੇ ਵੀ ਬਣਾ ਸਕਦੇ ਹੋ, ਅਸੀਂ ਗ੍ਰੀਨ ਦੇ ਉੱਤੇ ਵੀ ਬਣਾਇਆ, ਤੁਸੀਂ ਸਾਡੀ ਇੰਸਟਾਗ੍ਰਾਮ 'ਤੇ ਜਾ ਕੇ ਚੈੱਕ ਕਰ ਸਕਦੇ ਹੋ, ਗ੍ਰੀਨ ਦੀ ਵੀ ਬਹੁਤ ਸੋਹਣੀ ਫਿਨਿਸ਼ਿੰਗ ਹੈ, ਅਤੇ ਪਰਪਲ ਦੇ ਉੱਤੇ ਬਣਿਆ ਹੋਇਆ ਜਿਹੜਾ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ। ਅਤੇ ਜਿਹੜੀ ਆਹ ਵਾਲੀ ਇਹਦੇ ਵਿੱਚ ਅਸੀਂ ਥਰੈਡ ਯੂਜ਼ ਕੀਤੀ ਹੈ ਨਾ, ਇਹਨੇ ਹੋਰ ਵੀ ਜ਼ਿਆਦਾ ਫਿਨਿਸ਼ਿੰਗ ਦਿੱਤੀ ਹੈ ਇਸ ਸੂਟ ਨੂੰ। ਅਤੇ ਇਹਦੇ ਵਿੱਚ ਜਿਹੜੀ ਅਸੀਂ ਯੂਜ਼ ਕੀਤੀ ਹੈ ਨਾ ਫਿਨਿਸ਼ਿੰਗ ਪੱਟੀ, ਉਹ ਉਸੇ ਕਲਰ ਦੀ ਹੀ ਯੂਜ਼ ਕੀਤੀ ਆ, ਦੇਖੋ ਫਿਰੋਜ਼ੀ ਕਲਰ ਦੀ ਹੀ ਯੂਜ਼ ਕੀਤੀ ਹੋਈ ਹੈ, ਜਿਹੜੀ ਕਿ ਬਹੁਤ ਜ਼ਿਆਦਾ ਪਿਆਰੀ ਲੱਗਦੀ ਹੈ। ਇਹ ਸਾਰੇ ਸੂਟ ਨੂੰ ਨਾ ਇਹੀ ਚੀਜ਼ ਇੱਕ ਟੱਚ ਦਿੰਦੀ ਆ, ਜੇ ਆਪਾਂ ਇਹਦੇ 'ਤੇ ਗੋਲਡਨ ਹੀ ਕਰ ਦਿੰਦੇ ਤਾਂ ਸਾਰਾ ਗੋਲਡਨ ਗੋਲਡਨ ਜਿਹਾ ਹੋ ਜਾਣਾ ਸੀ, ਇਸ ਕਰਕੇ ਜੀ ਅਸੀਂ ਇਹਦੇ ਵਿੱਚ ਜਿਹੜੀ ਫਿਨਿਸ਼ਿੰਗ ਪੱਟੀ ਯੂਜ਼ ਕੀਤੀ ਹੈ ਉਹ ਫਿਰੋਜ਼ੀ ਕਲਰ ਦੀ ਕੀਤੀ ਹੈ, ਅਤੇ ਇਹਦਾ ਦੁਪੱਟਾ ਵੀ ਜਿਹੜਾ ਆ ਥਰੈਡ ਨਾਲ ਦਾ ਕੀਤਾ, ਅਤੇ ਇਹਦੇ ਵਿੱਚ ਦੁਪੱਟੇ ਦੇ ਵਿੱਚ ਜਿਹੜੀ ਅਸੀਂ ਯੂਜ਼ ਕੀਤੀ ਆ ਦੇਖੋ ਫਿਨਿਸ਼ਿੰਗ ਪੱਟੀ ਗੋਲਡਨ ਕਲਰ ਦੀ ਯੂਜ਼ ਕੀਤੀ ਹੈ, ਬਹੁਤ ਪਿਆਰੀ ਲੱਗਦੀ ਹੈ ਜੀ, ਕਿਉਂਕਿ ਕਈਆਂ ਨੂੰ ਨਾ ਇੱਦਾਂ ਦੀ ਹੀ ਥਿੰਗ ਪਸੰਦ ਹੁੰਦੀ ਹੈ, ਬਸ ਕੋਈ ਗੋਟਾ ਵਗੈਰਾ ਜਾਂ ਲੇਸ ਵਗੈਰਾ ਕੋਈ ਨਹੀਂ ਪਸੰਦ ਕਰਦਾ, ਅਤੇ ਇਸ ਕਰਕੇ ਆਪਾਂ ਫਿਨਿਸ਼ਿੰਗ ਪੱਟੀ ਯੂਜ਼ ਕੀਤੀ ਹੈ। ਅਤੇ ਆਹ ਦੇਖੋ ਬਹੁਤ ਬਰੀਕ ਦੇ ਨਾਲ ਇਹਨੂੰ ਅਸੀਂ ਪਾਈਪਿੰਗ ਦੀ ਤਰ੍ਹਾਂ ਇੱਕ ਥੋੜ੍ਹੀ ਛੋਟੀ ਬਾਹਰ ਕੱਢਤੀ, ਬਾਕੀ ਸਾਰੀ ਅਸੀਂ ਇੱਦਾਂ ਨੀਚੇ ਦੇ ਨਾਲ ਇਹ ਫਿਨਿਸ਼ਿੰਗ ਪੱਟੀ ਹੋਈ ਹੋਈ ਹੈ। ਅਤੇ ਇਹ ਜਿਹੜਾ ਦੁਪੱਟਾ ਜੀ ਇਹ ਪਿਓਰ ਚਨੌਨ ਦਾ ਦੁਪੱਟਾ ਆ, ਤੁਸੀਂ ਕੋਈ ਵੀ ਲੈ ਸਕਦੇ ਹੋ। ਬਾਕੀ ਇਹਦਾ ਸਕਰੀਨਸ਼ੋਟ ਕਰਕੇ ਤੁਸੀਂ ਇਹਦਾ ਪ੍ਰਾਈਸ ਵੀ ਜਾਣ ਸਕਦੇ ਹੋ, ਅਗਰ ਸੇਮ ਕਸਟਮਾਈਜ਼ ਕਰਵਾਉਣਾ ਚਾਹੋ ਸੇਮ ਵੀ ਕਰਵਾ ਸਕਦੇ ਹੋ। ਬਾਕੀ ਕਈ ਵਾਰੀ ਨਾ ਵੀਡੀਓ ਦੇ ਵਿੱਚ ਸੇਮ ਕਲਰ ਨਹੀਂ ਆਉਂਦਾ, ਜਿਹੜਾ ਐਗਜੈਕਟ ਕਲਰ ਹੁੰਦਾ ਹੈ ਜਿਹੜਾ ਸਾਡੇ ਸਾਹਮਣੇ ਸਾਨੂੰ ਦੇਖ ਰਿਹਾ ਹੈ, ਇਹ ਪਰਪਲ ਕਲਰ ਹੈ,
ਜਿਵੇਂ ਅਸੀਂ ਪਹਿਲਾਂ ਸੂਟ ਵੀਡੀਓ ਦੇ ਵਿੱਚ ਦਿਖਾਇਆ, ਉਹ ਮਾਊਸ ਕਲਰ ਹੈ, ਉਹਦਾ ਐਗਜੈਕਟ ਕਲਰ ਵੀਡੀਓ ਦੇ ਵਿੱਚ ਨਹੀਂ ਆ ਰਿਹਾ, ਬਟ ਉਹ ਮਾਊਸ ਕਲਰ ਹੈ। ਤੇ ਤੁਸੀਂ ਪਲੀਜ਼ ਇੱਕ ਵਾਰੀ ਨਾ ਇੰਸਟਾਗ੍ਰਾਮ ਤੇ ਵੀ ਸਾਡੀ ਤੇ ਜਰੂਰ ਵਿਜ਼ਿਟ ਕਰਿਓ, ਜਿਹੜੇ ਮੈਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿਖਾਏ ਨੇ। ਬਾਕੀ ਅਸੀਂ ਕਰੇਪ ਦੇ ਉੱਤੇ ਬਣਾਏ ਨੇ ਜੀ, ਤੁਸੀਂ ਇਹਨਾਂ ਨੂੰ ਕਿਸੇ ਵੀ ਸਟੱਫ ਤੇ ਬਣਾ ਸਕਦੇ ਹੋ। ਕੋਈ ਪਿਓਰ ਦੇ ਉੱਤੇ ਬਣਵਾਉਣਾ ਚਾਹੁੰਦੇ ਹੋ, ਪਿਓਰ ਦੇ ਉੱਤੇ ਬਣਵਾ ਸਕਦੇ ਹੋ। ਜੇ ਕੋਈ ਹੋਰ ਸਟੱਫ ਤੇ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਤੇ ਵੀ ਬਣਵਾ ਸਕਦੇ ਹੋ। ਬਾਕੀ ਤੁਸੀਂ ਇਹਨਾਂ ਦਾ ਸਕਰੀਨਸ਼ਾਟ ਕਰਕੇ ਇਹਨਾਂ ਦੇ ਪ੍ਰਾਈਸਿਸ ਵੀ ਜਾਣ ਸਕਦੇ ਹੋ। ਅਗਰ ਸੇਮ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੇਮ ਵੀ ਬਣਵਾ ਸਕਦੇ ਹੋ। ਬਾਕੀ ਇਹਨਾਂ ਦੀਆਂ ਨਾ ਫੋਟੋਜ਼ ਅਸੀਂ ਸਾਰੀਆਂ ਇੰਸਟਾਗ੍ਰਾਮ ਤੇ ਸ਼ੇਅਰ ਕਰ ਦਿੰਦੇ ਹੁੰਦੇ ਹਾਂ। ਸਾਡੀ ਇੰਸਟਾਗ੍ਰਾਮ ਜਿਹੜੀ ਆਈਡੀ ਹੈ ਜੀ, ਯੂਨੀਕ ਕੁਲੈਕਸ਼ਨ 344 ਆ। ਬਾਕੀ ਅਸੀਂ ਸਕਰੀਨ ਦੇ ਉੱਤੇ ਵੀ ਮੈਂਸ਼ਨ ਕਰ ਦਿੰਦੇ ਹੁੰਦੇ ਹਾਂ, ਤੁਸੀਂ ਉੱਥੇ ਜਾ ਕੇ ਇਹਨਾਂ ਦੀਆਂ ਫੋਟੋਜ਼ ਵੀ ਚੈੱਕ ਕਰ ਸਕਦੇ ਹੋ ਤੇ ਸਾਡੇ ਨਾਲ ਗੱਲ ਵੀ ਕਰ ਸਕਦੇ ਹੋ। ਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਸਾਡੇ ਤਿੰਨੋਂ ਸੂਟ ਵਧੀਆ ਲੱਗੇ ਹੋਣਗੇ। ਵਧੀਆ ਲੱਗੇ ਤਾਂ ਪਲੀਜ਼ ਅੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ, ਐਂਡ ਕਮੈਂਟ ਕਰਕੇ ਵੀ ਜ਼ਰੂਰ ਦੱਸ ਦਿਆ ਕਰੋ ਕਿ ਤੁਹਾਨੂੰ ਸਾਡੀਆਂ ਡਿਜ਼ਾਇਨਿੰਗਸ ਐਂਡ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ। ਸਤਿ ਸ਼੍ਰੀ ਅਕਾਲ।